लॉरेंस बिश्नोई ने खोलिया सिद्धू मूसेवाले दे कतलकांड दा वड्डा राज। पुछगिछ दे तीजे दिन कीता ए वड्डा खुलासा। पुलिस से अगे कीता कबूलनामा कि उस दे वल्लों ही करवाया गया है सिद्धू मूसेवाले दा ए कतल। सिद्धू मूसेवाले दे कतल कांड नू दो हफ्ते तो वाद समा हो गया है, जिस दे चलदियां पुलिस वल्लों ए गुत्थी सुलझाउण दी कोशिश लगातार जारी है ते जिस दे नाल ही काफी गिरफ्तारियां भी कीतियां गईयां ते शक दे आधार ते पुछगिछ भी कीती गई है। ਤੇ ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਲੋਰੈਂਸ ਬਿਸ਼ਨੋਈ ਨੂੰ ਹੁਣ ਪੰਜਾਬ ਲਿਆਂਦਾ ਗਿਆ ਸੀ ਤੇ ਪੁੱਛਗਿੱਛ ਕੀਤੀ ਗਈ ਸੀ। ਪੁਲਿਸ ਨੂੰ 7 ਦਿਨ ਦਾ ਰਿਮਾਂਡ ਹਾਜ਼ਰ ਹੋਇਆ ਸੀ ਤੇ ਪੁੱਛਗਿੱਛ ਦੌਰਾਨ ਉਹਨਾਂ ਵੱਲੋਂ ਪਹਿਲਾਂ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ ਸੀ। ਇਹ ਜ਼ਰੂਰ ਕਿਹਾ ਗਿਆ ਸੀ ਕਿ ਮੇਰੀ ਗੋਲਡੀ ਬਰਾੜ ਨਾਲ ਗੱਲ ਹੁੰਦੀ ਸੀ, ਲੇਕਿਨ ਮੇਰੇ ਵੱਲੋਂ ਕਤਲ ਨਹੀਂ ਕਰਵਾਇਆ ਗਿਆ ਹੈ, ਇਹਦੇ ਵਿੱਚ ਮੇਰਾ ਕੋਈ ਹੱਥ ਨਹੀਂ ਹੈ। ਇਸ ਦੇ ਨਾਲ ਉਹਨੇ ਇਹ ਵੀ ਕਿਹਾ ਹੈ ਕਿ ਸਿੱਧੂ ਮੂਸੇਵਾਲੇ ਆਪਣੇ ਗਾਣਿਆਂ ਰਾਹੀਂ, ਆਪਣੇ ਭੜਕੀਲੇ ਗਾਣਿਆਂ ਰਾਹੀਂ ਮੈਨੂੰ ਸਾਨੂੰ ਧਮਕੀਆਂ ਦਿੰਦਾ ਸੀ ਤੇ ਆਪਣੀ ਪਾਵਰ ਦਿਖਾਉਂਦਾ ਸੀ। ਤੇ ਹੁਣ ਤੀਸਰੇ ਦਿਨ ਪੁਲਿਸ ਨੂੰ ਪੁੱਛਗਿੱਛ ਦੌਰਾਨ ਇੱਕ ਵੱਡੀ ਲੀਡ ਮਿਲੀ ਹੈ, ਵੱਡਾ ਖੁਲਾਸਾ ਹੋਇਆ ਹੈ, ਨਵੀਂ ਅਪਡੇਟ ਸਾਹਮਣੇ ਆਈ ਹੈ, ਜਿਸ ਵਿੱਚ ਲੋਰੈਂਸ ਬਿਸ਼ਨੋਈ ਵੱਲੋਂ, ਜੀ ਹਾਂ ਲੋਰੈਂਸ ਬਿਸ਼ਨੋਈ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਵੱਲੋਂ ਹੀ ਕਰਵਾਇਆ ਗਿਆ ਹੈ ਸਿੱਧੂ ਮੂਸੇਵਾਲੇ ਦਾ ਕਤਲ। ਜੀ ਹਾਂ, ਮੰਨ ਲਿਆ ਗਿਆ ਹੈ ਲੋਰੈਂਸ ਬਿਸ਼ਨੋਈ ਵੱਲੋਂ ਕਿ ਮੇਰੇ ਬੰਦਿਆਂ ਨੇ ਹੀ ਕੀਤਾ ਸੀ ਸਿੱਧੂ ਮੂਸੇਵਾਲੇ ਦਾ ਕਤਲ। ਪੁਲਿਸ ਵੱਲੋਂ ਲਗਾਤਾਰ ਸਵਾਲ ਜਵਾਬ ਜਿਹੜੇ ਹੈ ਜਾਰੀ ਸੀ, ਜਿਸ ਦੇ ਚਲਦਿਆਂ ਇਹ ਖੁਲਾਸਾ ਕਰ ਦਿੱਤਾ ਗਿਆ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਜਿਹੜਾ ਹੈ ਲੋਰੈਂਸ ਬਿਸ਼ਨੋਈ ਦੇ ਬੰਦਿਆਂ ਵੱਲੋਂ ਹੀ ਕੀਤਾ ਗਿਆ। ਦੱਸ ਦਈਏ ਕਿ ਦਿੱਲੀ ਪੁਲਿਸ ਵੱਲੋਂ ਵੀ ਕਾਫੀ ਪੁੱਛਤਾਛ ਕੀਤੀ ਗਈ ਸੀ ਇਸ ਮਾਮਲੇ ਦੀ ਜਾਂਚ ਦੌਰਾਨ, ਪਰ ਉਦੋਂ ਲੋਰੈਂਸ ਬਿਸ਼ਨੋਈ ਦੀ ਗੱਲਾਂ ਜਿਹੜੀਆਂ ਸੀ ਉਹਨਾਂ ਨੂੰ ਘੁਮਾ ਰਹੀਆਂ ਸੀ, ਟਾਲਮਟੋਲ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਹੁਣ ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਹੱਥ ਲੱਗੀ ਹੈ ਵਾਲੀ ਵੱਡੀ ਸਫਲਤਾ, ਜਿੱਥੇ ਲੋਰੈਂਸ ਬਿਸ਼ਨੋਈ ਨੇ ਖੁਲਾਸਾ ਕੀਤਾ ਹੈ, ਮਨਜ਼ੂਰ ਕਰ ਲਿਆ ਹੈ, ਕਬੂਲ ਕਰ ਲਿਆ ਹੈ ਕਿ ਉਹਦੇ ਵੱਲੋਂ ਹੀ ਕੀਤਾ ਗਿਆ ਹੈ ਸਿੱਧੂ ਮੂਸੇਵਾਲੇ ਦਾ ਕਤਲ। ਇਸ ਦੇ ਨਾਲ ਹੀ ਹੋਰ ਵੀ ਵੱਡੇ ਖੁਲਾਸੇ ਹੋਏ ਨੇ ਪੁੱਛਗਿੱਛ ਦੌਰਾਨ, ਜਿਸ ਵਿੱਚ ਦੱਸਿਆ ਗਿਆ ਹੈ ਕਿ ਲੋਰੈਂਸ ਦੇ 6 ਹੋਰ ਸਟੇਟਸ ਵਿੱਚ ਅਲੱਗ ਅਲੱਗ ਨੈਟਵਰਕ ਨੇ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ ਇਹਦੇ ਨੈਟਵਰਕ ਜਿਹੜੇ ਆ ਫੈਲੇ ਹੋਏ ਨੇ ਇਸ ਗੈਂਗਸਟਰਸ ਦੇ। ਪੰਜਾਬ ਵਿੱਚ ਵੀ ਫੈਲੀ ਹੋਈ ਹੈ ਇਸ ਦੀ ਪੂਰੀ ਨੈਟਵਰਕ ਦੀ ਟੀਮ, ਜਿਸ ਵਿੱਚ 1000 ਤੋਂ ਵੱਧ ਲੋਕ ਜਿਹੜੇ ਹੈ ਜੁੜੇ ਨੇ, ਕਾਫੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੀ ਹੈ ਇਸ ਗੈਂਗਸਟਰ ਦੀ ਇਹ ਟੀਮ। ਹੁਣ ਦੇਖਣਾ ਇਹ ਹੈ ਕਿ ਪੁਲਿਸ ਵੱਲੋਂ ਇਹ ਜਿਹੜੀ ਛਾਨਬੀਨ ਹੈ ਇੱਥੇ ਹੀ ਬੰਦ ਕਰ ਦਿੱਤੀ ਜਾਂਦੀ ਹੈ, ਜਾਂ ਫਿਰ ਇਸ ਦੇ ਪਿੱਛੇ ਜਿਹੜੇ ਲੁਕੇ ਹੋਏ ਚਿਹਰੇ ਨੇ ਉਹਨਾਂ ਦਾ ਵੀ ਪਰਦਾ ਫਾਸ਼ ਕੀਤਾ ਜਾਂਦਾ ਹੈ। ਵਧੇਰੀ ਜਾਣਕਾਰੀ ਲਈ ਦੇਖਦੇ ਰਹੋ ਸਾਂਝ ਟੀਵੀ। ਕਾਲੇ ਜਾਦੂ ਦੇ ਗੁਰੂ ਅਜਮੇਰੀ ਜੀ ਜੋ ਕਰਨਗੇ ਤੁਹਾਡੀ ਹਰ ਸਮੱਸਿਆਵਾਂ ਦਾ ਹੱਲ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲੋਟਰੀ, ਲਵ ਮੈਰਿਜ, ਪਤੀ ਪਤਨੀ ਵਿੱਚ ਅਨਬਨ, ਵਿਦੇਸ਼ ਵਿੱਚ ਪੱਕੇ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ ਇੱਕ ਹੀ ਘੰਟੇ ਵਿੱਚ ਸਮਾਧਾਨ ਪਾਓ, ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ, ਹਰ ਪਾਸਿਓਂ ਨਾਰਾਜ਼ ਤੇ ਧੋਖਾ ਖਾ ਚੁੱਕੇ ਹੋ, ਇੱਕ ਵਾਰ ਜ਼ਰੂਰ ਆਓ। ਫੋਨ ਨੰਬਰ 8283038।